ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਧਾਲੀਵਾਲ ਵਿਖੇ ਹਿੰਦੂ ਨੇਤਾ ਹਨੀ ਮਹਾਜਨ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀਗਾ। ਗਨੀਮਤ ਇਹ ਰਹੀ ਸੀ, ਹਨੀ ਮਹਾਜਨ ਇਸ ਹਮਲੇ ਵਿੱਚ ਜ਼ਖਮੀ ਹੋਏ ਸੀ, ਗੰਭੀਰ ਤੌਰ 'ਤੇ ਜ਼ਖਮੀ ਹੋਏ ਸੀ, ਤਾਂ ਇੱਕ ਹੋਰ ਅਸ਼ੋਕ ਕੁਮਾਰ ਨਾਂ ਦਾ ਦੁਕਾਨਦਾਰ ਜਿਸ ਦੀ ਮੌਕੇ 'ਤੇ ਮੌਤ ਹੋ ਗਈ ਸੀ। ਇਸ ਦੇ ਵਿਰੋਧ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਧਾਲੀਵਾਲ ਬੰਦ ਦੀ ਕੌਲ ਦਿੱਤੀ ਗਈ ਸੀ। ਉਸ ਬੰਦ ਦੌਰਾਨ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਵੱਲੋਂ ਕੁਛ ਬਿਆਨਬਾਜ਼ੀ ਕੀਤੀ ਗਈ ਸੀ, ਜਿਸ 'ਤੇ ਕਈ ਕੁਛ ਜਿਹੜਾ ਇਤਰਾਜ਼ ਵੀ ਜਿਤਾਇਆ ਗਿਆ ਸੀਗਾ। ਇਸ ਸੰਬੰਧ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸ਼੍ਰੀ ਦੁਰਗਿਆਨਾ ਕਮੇਟੀ ਵੱਲੋਂ ਔਰ ਸੰਤ ਸਮਾਜ ਵੱਲੋਂ। ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਸਾਡੇ ਨਾਲ ਮੌਜੂਦ ਨੇ। ਸ਼ਰਮਾ ਜੀ, ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਾਲ ਕੀਤੀ ਗਈ? ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਉਗਰਵਾਦ ਦੇ ਦੌਰਾਨ ਜੋ ਕੁਛ ਹੋਇਆ ਉਹਨਾਂ ਦਿਨਾਂ ਤੋਂ ਬੜੀ ਮੁਸ਼ਕਲਾਂ ਨਾਲ ਅਸਾਂ ਲੋਕਾਂ ਨੇ ਨਿਜਾਤ ਪਾਈ ਹੈ। ਹੁਣ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਵੀ ਜਥੇਬੰਦੀ, ਕੋਈ ਵੀ ਜਿਹੜੇ ਚੈਨਲ ਵਾਲੇ ਨੇ ਉਹ ਕਿਸੇ ਦੇ ਬਿਆਨ ਨੂੰ ਤੋੜ ਮਰੋੜ ਕੇ ਦੋਵਾਂ ਫਿਰਕਿਆਂ ਦੇ ਵਿੱਚ ਫਿਰ ਤੋਂ ਗਲਤ ਫਹਿਮੀ ਪੈਦਾ ਕਰਨ। ਅਸੀਂ ਇਸ ਭਾਈਚਾਰੇ ਨੂੰ ਕਿਸੇ ਕਿਸਮ ਦੀ ਵੀ ਕਿਸੇ ਪਾਸੋਂ ਠੇਸ ਪਹੁੰਚੇ ਅਸੀਂ ਉਹਦੇ ਹੱਕ 'ਚ ਨਹੀਂ ਹੈਗੇ। ਹਿੰਦੂ ਸਿੱਖ ਭਰਾ ਨੇ ਸਾਰੇ ਆਪਸ ਦੇ ਵਿੱਚ ਅਸੀਂ, ਔਰ ਇਹਦੇ ਉਪਲਕਸ਼ ਦੇ ਵਿੱਚ ਇਹ ਕਹਿਣਾ ਚਾਹੁੰਦੇ ਹਾਂ ਵੀ ਉਸ ਦਿਨ ਸੂਰੀ ਸਾਹਿਬ ਨੇ ਕੋਈ ਓਬਜੈਕਸ਼ਨੇਬਲ ਗੱਲ ਜਾਂ ਕਿਸੇ ਪੰਥ ਜਾਂ ਕਿਸੇ ਦੇ ਸਮੁਦਾਇ ਦੇ ਖਿਲਾਫ਼ ਕੋਈ ਗੱਲ ਨਹੀਂ ਕੀਤੀ, ਲੇਕਿਨ ਕੁਛ ਇਲੀਗਲ ਜਿਹੜੇ ਗੈਰ ਕਾਨੂੰਨੀ ਤੌਰ 'ਤੇ ਲੋਕ ਜਿਹੜੇ ਜਥੇਬੰਦੀਆਂ ਚਲਾ ਰਹੇ ਨੇ ਔਰ ਚੈਨਲ ਚਲਾ ਰਹੇ ਨੇ, ਉਹਨਾਂ ਨੇ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਦੋਵਾਂ ਸਮੁਦਾਇਆਂ ਦੇ ਵਿੱਚ ਫਿਰ ਤੋਂ ਫਿਰਕਾਪ੍ਰਸਤੀ ਜਿਹੜੀ ਆ ਉਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੀ ਨਿਖੇਧੀ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ ਵੀ ਪੰਜਾਬ ਗੌਰਮੈਂਟ ਇਸ ਜਿਹੜਾ ਇਸ ਈਵੈਂਟ ਨੂੰ ਅੱਛੇ ਤਰੀਕੇ ਨਾਲ ਇੰਟੈਰੋਗੇਟ ਕਰਨਗੇ, ਇਨਵੈਸਟੀਗੇਟ ਕਰਨਗੇ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ। ਔਰ ਜਿਹੜੇ ਲੋਕ ਇਸ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹੈ ਅਤੇ ਦੋਵਾਂ ਫਿਰਕਿਆਂ ਦੇ ਵਿੱਚ ਬਦਮਜ਼ਗੀ ਪੈਦਾ ਕਰਨਾ ਚਾਹੁੰਦੇ ਹੈ ਉਹਨਾਂ 'ਤੇ ਕਾਰਵਾਈ ਕਰੋ। ਕਿਆ ਤੁਸੀਂ ਕਹਿੰਦੇ ਹੋ ਵੀ ਟੈਂਪਰਿੰਗ ਹੋਈ ਹੈ? ਜਿਹੜੀ ਵੀਡੀਓ ਸੀਗੀ, ਕਲਿੱਪ ਹੈਗਾ ਤੁਹਾਡੇ ਕੋਲ? ਬਿਲਕੁਲ ਟੈਂਪਰਿੰਗ ਹੋਈ ਹੈ ਔਰ ਉਹਨਾਂ ਦੇ ਜਿਹੜੇ ਵਿਚਲੇ ਦੋ ਚਾਰ ਲਾਈਨਾਂ ਨੇ ਉਹਨਾਂ ਨੂੰ ਚੁੱਕ ਕੇ ਹੀ ਐਜੀਟੇਟ ਕੀਤਾ ਜਾ ਰਿਹਾ। ਉਹਨਾਂ ਦੀ ਜੇ ਸਾਰੀ ਵੀਡੀਓ ਸੁਣੀਏ ਤਾਂ ਕੁਝ ਵੀ ਇਹੋ ਜਿਹਾ ਨਹੀਂ ਹੈਗਾ ਜਿਹਦੇ ਨਾਲ ਕਿਸੇ ਨੂੰ ਠੇਸ ਪਹੁੰਚੇ ਜਾਂ ਕਿਸੇ ਸਮੁਦਾਇ ਦੇ ਖਿਲਾਫ਼ ਕੁਛ ਕਿਹਾ ਹੋਇਆ ਹੋਵੇ। ਪਰ ਜਿਹੜੀ ਉਹਨਾਂ ਨੇ ਪਿਸਟਲ ਕੱਢੀ ਸੀ ਉਹਦੇ ਉਹਨਾਂ ਨੇ ਕਿਹਾ ਸੀਗਾ ਨੌਜਵਾਨ ਮੋਬਾਈਲਾਂ ਛੱਡ ਕੇ ਪਿਸਟਲ ਵੱਲ ਹੋਣ ਹਥਿਆਰ ਲੈਣ। ਦੇਖੋ ਇਹ ਪੰਜਾਬ ਦੇ ਵਿੱਚ ਪਹਿਲਾ ਈਵੈਂਟ ਨਹੀਂ ਹੈਗਾ, ਇਸ ਤੋਂ ਪਹਿਲਾਂ ਵੀ ਬੜੇ ਈਵੈਂਟ ਹੋਏ ਨੇ ਜਿਹਦੇ ਵਿੱਚ ਹਿੰਦੂਆਂ ਦੀ ਕਿਲਿੰਗ ਦੁਬਾਰਾ ਤੋਂ ਸਟਾਰਟ ਹੋ ਗਈ ਹੈ ਔਰ ਜਜ਼ਬਾਤੀ ਹੋ ਕੇ ਜੇਕਰ ਉਹ ਕੋਈ ਕਰਦੇ ਨੇ ਉਹਨਾਂ ਨੇ ਪਿਸਤੌਲ ਕਿਸੇ ਵੱਲ ਪਿੰਨ ਪੁਆਇੰਟ ਨਹੀਂ ਕੀਤੀ ਔਰ ਕਿਸੇ ਨੂੰ ਕੋਈ ਉਹਨਾਂ ਨੇ ਪਿਸਤੌਲ ਕੱਢ ਕੇ ਕੋਈ ਗਲਤ ਅੱਖਰ ਨਹੀਂ ਵਰਤੇ। ਉਹਨਾਂ ਨੇ ਇਹ ਕਿਹਾ ਵੀ ਆਪਣੇ ਡਿਫੈਂਸ ਵਾਸਤੇ, ਆਪਣੇ ਆਪ ਨੂੰ ਬਚਾਉਣ ਵਾਸਤੇ ਇਹ ਤੁਸੀਂ ਹਥਿਆਰ ਰੱਖੋ, ਗਹਿਣੇ ਨਾ ਰੱਖੋ, ਮੋਬਾਈਲ ਨਾ ਰੱਖੋ, ਹਥਿਆਰ ਰੱਖੋ। ਹੁਣ ਜੇਕਰ ਜਿਹੜਾ ਉਹ ਬੰਦਾ ਬਿਲਕੁਲ ਆਪਦੀ ਦੁਕਾਨ 'ਤੇ ਇਹਨੇ ਹੱਥਾਂ 'ਤੇ ਨਜਾਇਜ਼ ਮਾਰਿਆ ਗਿਆ, ਜੇ ਉਹਦੇ ਕੋਲ ਉਹ ਦੁਕਾਨ ਦੇ ਉੱਤੇ ਪਿਸਟਲ ਹੁੰਦੀ ਅਤੇ ਜਿਹੜੇ ਬੰਦੇ ਉਹ ਘਰੋਂ ਉਹਨਾਂ ਨੂੰ ਨਜਾਇਜ਼ ਮਾਰਨ ਆਏ ਸੀ ਉਹ ਅੱਗੋਂ ਰਿਬੱਟ ਤਾਂ ਕਰ ਸਕਦਾ ਸੀ, ਉਹਨਾਂ ਦਾ ਜਵਾਬ ਤਾਂ ਦੇ ਸਕਦਾ ਸੀ। ਇਹ ਸਾਰਾ ਕੁਛ ਕਹਿਣ ਵਾਸਤੇ ਹੀ ਉਹਨਾਂ ਨੇ ਉਹ ਪਿਸਤੌਲ ਕੱਢੀ ਹੈ। ਮੇਰਾ ਨਹੀਂ ਖਿਆਲ ਵੀ ਉਹ ਕੁਝ ਇਹੋ ਜਿਹਾ ਕਰਨਾ ਚਾਹੁੰਦੇ ਨੇ ਜਿਹਦੇ ਨਾਲ ਕੋਈ ਦੋਵਾਂ ਸਮੁਦਾਇਆਂ ਦੇ ਵਿੱਚ ਕੋਈ ਫਰਕ ਪੈਦਾ ਹੋਵੇ। ਕਿਆ ਤੁਸੀਂ ਕਹਿਣਾ ਚਾਹੁੰਦੇ ਹੋ ਸੁਧੀਰ ਸੂਰੀ ਨੂੰ ਟਾਰਗੇਟ ਕੀਤਾ ਜਾ ਰਿਹਾ? 200% ਕੀਤਾ ਜਾ ਰਿਹਾ, ਜਾਣਬੁੱਝ ਕੇ ਕੀਤਾ ਜਾ ਰਿਹਾ। ਪਰ ਇਹ ਵਜ੍ਹਾ ਕੀ ਟਾਰਗੇਟ ਕਰ? ਵਜ੍ਹਾ ਇਹ ਹੈ ਵੀ ਇਹ ਇੱਕ ਇਹੀ ਇੱਕ ਸ਼ਿਵ ਸੈਨਾ ਦਾ ਬੰਦਾ ਹੈ ਜਿਹੜਾ ਵੋਕਲ ਹੈ, ਖੁੱਲ੍ਹੇ ਤੌਰ 'ਤੇ ਬੋਲਦਾ ਔਰ ਹਿੰਦੂਆਂ ਦੇ ਹੱਕ ਦੇ ਵਿੱਚ ਬੋਲਦਾ। ਦੂਜੇ ਲੋਕ ਜਿਹੜੇ ਨੇ ਉਹ ਬਰਦਾਸ਼ਤ ਕਰ ਲੈਂਦੇ ਨੇ, ਬਰਦਾਸ਼ਤ ਨਹੀਂ ਕਰਦਾ, ਬਸ ਇੰਨੀ ਗੱਲ ਹੀ। ਪਰ ਬੋਲਾਪਨ ਇਹਨਾਂ ਵਾਸਤੇ ਕਦੇ ਵੀ ਮੁਸੀਬਤ ਬਣ ਸਕਦਾ? ਪਹਿਲਾਂ ਵੀ ਜੇਲ੍ਹ 'ਚ ਰਹੇ ਨੇ, ਕਾਫੀ ਦੇਰ ਬਾਅਦ ਜ਼ਮਾਨਤ ਹੋਈ ਸੀਗੀ। ਮੁਸੀਬਤ ਬਣਨਾ ਚਾਹੀਦਾ ਜੇਕਰ ਉਹ ਕੋਈ ਗਲਤ ਅੱਖਰ ਕਹਿਣ, ਮੁਸੀਬਤ ਕ੍ਰੀਏਟ ਨਾ ਕੀਤੀ ਜਾਵੇ ਜਿਵੇਂ ਅੱਗੇ ਕੀਤੀ ਗਈ ਹੈ। ਔਰ 200% ਜਿਹੜਾ ਐਡਮਿਨਿਸਟ੍ਰੇਸ਼ਨ ਹੈ ਜੇਕਰ ਉਹ ਕਿਸੇ ਦੇ ਅਸਰ ਥੱਲੇ ਆ ਕੇ ਨਜਾਇਜ਼ ਕਰੇ ਤਾਂ ਉਹ ਗਲਤ ਗੱਲ ਹੈ। ਨਹੀਂ ਕਿਹਾ, ਹੁਣ ਤੁਹਾਨੂੰ ਖਦਸ਼ਾ ਹੈ ਵੀ ਪੁਲਿਸ ਪ੍ਰਸ਼ਾਸਨ ਕੁਛ ਫਿਰ ਸੁਧੀਰ ਸੂਰੀ ਖਿਲਾਫ਼ ਐਕਸ਼ਨ ਲੈ ਸਕਦਾ? ਸੰਤ ਸਮਾਜ ਨੇ ਇਹ ਗੱਲ ਜਿਹੜੀ ਹੈ ਫੀਲ ਕੀਤੀ ਹੈ ਔਰ ਦੁਰਗਿਆਨਾ ਕਮੇਟੀ ਕੋਲ ਆਏ ਹੈ। ਅਸੀਂ ਵੀ ਇਹ ਫੀਲ ਕਰਦੇ ਹਾਂ ਵੀ ਜਿਵੇਂ ਅੱਗੇ ਬਗੈਰ ਕਿਸੇ ਗੱਲ ਦੇ ਇਹਨੂੰ ਫੜ ਕੇ ਅੰਦਰ ਦੇ ਦਿੱਤਾ ਅਤੇ ਇੰਨੇ ਮਹੀਨੇ ਇਹਨੂੰ ਟੋਰਚਰ ਕੀਤਾ, ਇਹ ਦੁਬਾਰਾ ਕਿਉਂ ਨਹੀਂ ਕਰ ਸਕਦੇ? ਕਰ ਸਕਦੇ ਕਿਸੇ ਨੂੰ ਖੁਸ਼ ਕਰਨ ਵਾਸਤੇ,
ਪਰ ਇਸ ਵਾਰੀ ਇਹ ਬਰਦਾਸ਼ਤ ਨਹੀਂ ਕੋਈ ਕਰੇ। ਕਿਹਨੂੰ ਖੁਸ਼ ਕਰਨਾ ਚਾਹੁੰਦੇ ਨੇ, ਕਿਹੜਾ ਤੱਤਵ ਹੈਗੇ ਨੇ ਜਿਹਦੀ ਤੁਸੀਂ ਗੱਲ ਕਰ? ਜਿਹੜੇ ਤੱਤਵ ਜਿਹੜੇ ਨੇ ਜਿਹੜੇ ਹਿੰਦੂ ਸਿੱਖਾਂ ਦੇ ਵਿੱਚ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਨੇ, ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ। ਤਾਕਤਾਂ ਸ਼ਰਮਾ ਜੀ ਥੋੜ੍ਹੇ ਦੱਸੋ ਕਿਹੜੀਆਂ ਤਾਕਤਾਂ ਨੇ? ਨਹੀਂ ਮੈਨੂੰ ਉਹਨਾਂ ਦਾ ਨਾਂ ਇੰਨਾ ਨਹੀਂ, ਮੈਂ ਤੁਹਾਨੂੰ ਦੱਸਾਂਗਾ ਵੀ ਕਿਹੜੀਆਂ ਤਾਕਤਾਂ ਨੇ। ਗੌਰਮੈਂਟ ਕੋਲ ਸਾਰੇ ਐਵੀਡੈਂਸ ਹੈ, CID ਹੈ, ਸਾਰੀ ਐਵੀਡੈਂਸ ਹੈ ਉਹਨਾਂ ਦੇ ਕੋਲ। ਇੱਕ ਇੱਕ ਬੰਦੇ ਦੀ ਹਿਸਟਰੀ ਹੈਗੀ ਹੈ, ਉਹਨਾਂ ਦੇ ਨਾਂ ਹੈਗੇ, ਜਿਹਨਾਂ ਨੂੰ ਇਹ ਫੜਦੇ ਨਹੀਂ, ਉਹਨਾਂ ਨੂੰ ਕੁਛ ਕਹਿੰਦੇ ਨਹੀਂ, ਔਰ ਸਾਰਾ ਕੁਛ ਪਤਾ ਗੌਰਮੈਂਟ ਨੂੰ। ਗੌਰਮੈਂਟ ਆਪੇ ਲੱਭੇਗੀ, ਦੁਰਗਿਆਣਾ ਕਮੇਟੀ ਨੇ ਥੋੜ੍ਹੇ ਦੱਸਣਾ ਵੀ ਕਿਹੜੇ ਕਿਹੜੇ ਬੰਦੇ। ਇਸ ਮਾਮਲੇ ਵਿੱਚ ਫਿਰ ਸੁਧੀਰ ਸੂਰੀ ਨੂੰ ਪ੍ਰਸ਼ਾਸਨ ਪੁਲਿਸ ਵੱਲੋਂ ਜਾਂ ਪਰੇਸ਼ਾਨ ਕੀਤਾ ਜਾਂਦਾ ਜਾਂ ਪਰਚੇ ਤੱਕ ਗੱਲ ਜਾਂਦੀ ਹੈ ਤਾਂ ਤੁਹਾਡਾ ਸਟੈਂਡ ਕੀ ਹੋਊਗਾ? ਸਾਰੇ ਹਿੰਦੂ ਜਥੇਬੰਦੀਆਂ ਜਿਹੜੀਆਂ ਉਹਦੇ ਨਾਲ ਖਲੋਤੀਆਂ ਹੋਣਗੀਆਂ ਔਰ ਇਹਨੂੰ ਰਿਬਟਲ ਕਰੂੰਗਾ। ਅਤੇ ਇਹ ਸਨ ਸ਼੍ਰੀ ਦੁਰਗਿਆਣਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ, ਜਿਨ੍ਹਾਂ ਨੇ ਆਖਿਆ ਵੀ ਸੁਧੀਰ ਸੂਰੀ ਨੂੰ ਸਿਰਫ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਉਹ ਹਿੰਦੂਆਂ ਦੇ ਹੱਕ ਵਿੱਚ ਖੁੱਲ੍ਹ ਕੇ ਬੋਲਦੇ ਨੇ, ਇਸ ਲਈ ਜੇਕਰ ਕਿਤੇ ਪ੍ਰਸ਼ਾਸਨ ਪੁਲਿਸ ਨੇ ਉਹਨਾਂ ਖਿਲਾਫ਼ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰਾ ਹਿੰਦੂ ਸਮਾਜ ਇੱਕ ਪਲੇਟਫਾਰਮ 'ਤੇ ਇਕੱਠਾ ਉਹਨਾਂ ਦੇ ਮਗਰ ਖੜਾ ਰਹੇਗਾ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।